ਚਾਚਾ ਸ਼ੇਖ ਹੋ ਤੈਨੂੰ ਪਤਾ ਨਹੀਂ ਨਾ ਹੀ ਕਹਿ ਬਣਾ ਦਿੱਤਾ ਉਸ ਟਾਈਮ ਪਹਿਲੇ ਆਖੇ ਮੈਂ ਅੰਜ ਪਕੈਨਾ ਮੈਂ ਦੇਗਾ ਅੰਜ ਪਕੈਨਾ ਹੁਣ ਦੂਲਾ ਵੀ ਅਸੀਂ ਆਉਂਦਾ ਦੁਲਹਨ ਵੀ ਆਉਂਦੀ ਤੇ ਮਿਹਰਬਾਨੀ ਕਰ ਕੰਮ ਛੇਕੋ ਆ ਮਹਿਮਾਨ ਸਾਡਾ ਸਿਰ ਪੜੇਂਦੇ ਪੈਣ ਭੁੱਖੇ ਨਾਲ ਯੱਬਦੇ ਪੈਣ ਤਾਂ ਕੁਰਾਨ ਹਾਰ ਜਲਦੀ ਦੇਖ ਪਕਾ ਪਹਿਲੇ ਤੂੰ ਆਖ ਮਿਸਾਲੇ ਮੈਂ ਅੰਜ ਕਤਰੇਨਾ ਮਿਸਾਲੇ ਤੂੰ ਐਡੇ ਮੱਠੇ ਕਤਰੇ ਬਈ ਮੈਂ ਜੀ ਮਿਸਾਲਾਂ ਆਈ ਕੱਤਰ ਛੱਡਿਆ ਵਸਲ ਤਾਂ ਤੂੰ ਛਲੀਵੇ ਨਹੀਂ ਗਿਆ ਸਹੀ ਆ ਵੇਖ ਉਹਦੀਆਂ ਛੱਲਾਂ ਵਿੱਚ ਆਈਆਂ ਪਈਆਂ ਨੂੰ ਅਤੇ ਬਾਕੀ ਦੇਖ ਯਾਰ ਜਲਦੀ ਪੱਕਾ ਕੁਰਾਨ ਯਾਰ ਜਲਦੀ ਪੱਕਾ ਮਹਿਮਾਨ ਸਿਰ ਪੜੇ ਦੇਣੀਆਂ ਉਹ ਦੋ ਦਰਾਣੀਆਂ ਪਿੱਛੇ ਨਹੀਂ ਬੈਠੀਆਂ ਉਹ ਦੀਆ ਵਾ ਅੱਗੇ ਲਿਤਰਾਂ ਨਾਲ ਮਾਰੂਗਾ ਨਹੀਂ ਕੁਰਾਨ ਯਾਰ ਕੋ ਜਲਦੀ ਪਕਾ ਜਲਦੀ ਪਕਾ ਕੇ ਪਿਆ ਕਰੂੰਗਾ ਅਸੀਂ ਤੈਨੂੰ ਇਸ ਤੋਂ ਠੇਕਾ ਨਾ ਹੀ ਦਿੱਤਾ ਵਾ ਤੂੰ ਇੰਝ ਖਾਮ ਛਕਿਆ ਸੀ ਅਸਾਂ ਠੇਕਾ ਦਿੱਤਾ ਹੀ ਮੈਂ ਛੇਕ ਤਰਕੜਾ ਬੰਦਾ ਕੰਮ ਜਲਦੀ ਛੇਕ ਛੱਡਿਆ ਸੀ ਤੂੰ ਤਾਂ ਘਰ ਹੀ ਕੁਝ ਨਾ ਰਿਹਾ ਸ਼ੇਖਾ ਸ਼ੇਖਾ ਮੇਰੀ ਪਾਰਟੀ ਦਾ ਹੋ ਕੇ ਨਾ ਮੇਰੀ ਹੁਣ ਪੰਜਵੀਂ ਸ਼ਾਦੀ ਤੂੰ ਕੈਂਸਲ ਕਰਵਾਊਂਗਾ ਇਹਨਾਂ ਦੀਆਂ ਮੈਂ ਇਸ ਨਵਾਜ਼ ਸ਼ਰੀਫ ਟੱਬਰ ਮੰਨਣਾ ਆਪਣੀ ਦਿਲ ਦੇ ਰਿਸ਼ਤੇ ਦਿੱਤਾ ਉਹ ਤੂੰ ਖਚਕੈਨ ਦਾ ਪੈ ਮਜ਼ਾਕ ਨਹੀਂ ਮਹਿਮਾਨ ਨਾ ਸਿਰ ਪੜੇਂਦੇ ਪੈ ਨਹੀਂ ਸਾਡਾ ਅਤੇ ਮਿਹਰਬਾਨੀ ਕਰ ਤੂੰ ਇੰਝ ਕਰਨਾ ਜਲਦੀ ਦੇਖ ਪਕਾ ਜਾਂ ਇੰਝ ਕਰ ਜਿਹੜੀਆਂ ਪੱਕੀਆਂ ਪਈਆਂ ਨਹੀਂ ਦੇਖੋ ਵਰਤਾ ਤਾਂ ਦੂਆ ਸਾਲਣ ਛਾਲਣ ਮਿਸਾਲਾਂ ਬਣਾ ਰੱਖ ਅਤੇ ਇੱਕ ਹੋਰ ਮਿਸਾਲਾਂ ਬਣਾ ਰੱਖੋ ਇਹ ਨਦੀਆਂ ਮੈਂ ਪੁਰਾਣੇ ਆਉਂਦੇ ਪੈ ਨਹੀਂ ਲੰਡਨ ਵਿੱਚ ਜਿੱਥੇ ਰਹਿ ਕੇ ਆਏ ਨਹੀਂ ਅਤੇ ਉਹ ਵੱਤ ਇਹ ਨਾ ਵੇ ਉਸ ਟਾਈਮ ਖਚਕੀਏ ਤੂੰ ਇੰਝ ਕਰ ਮਸਾਲਾ ਸ਼ਸਾਲਾ ਤਿਆਰ ਕਰ ਰੱਖੋ ਉਹ ਆਏ ਤਾਂ ਦੱਸੀ ਗਰਮ ਗਰਮ ਹਾਂ ਸ਼ੇਖਾ ਸ਼ੇਖਾ ਜਲਦੀ ਪਕਾ ਜਲਦੀ ਪਕਾ ਅੱਜ ਮੈਂ ਕਾਲਾ ਕੱਪੜਾ ਪਾਇਆ ਹੀ ਵੇਖ ਮਨ ਕਸਮ ਬੜਾ ਫੱਬਦਾ ਪਈ ਵੇਖ ਕਿੱਡਾ ਮੈਂ ਸੋਹਣਾ ਪਿਆ ਲੱਗਦਾ ਮਨ ਨਾ ਚਾਹ ਸਾਰ ਗਈ ਇਹਨਾਂ ਦਾ ਸੂਟ ਮਨ ਲੰਦਨ ਵੀ ਨਾ ਜੁੜਿਆ ਜਿਵੇਂ ਅੱਜ ਮੈਂ ਪਾਈ ਵਧਾਊਂ ਇਮਰਾਨ ਖਾਨ ਨੂੰ ਤੇ ਉਹਦਾ ਰਿਸ਼ਤਾ ਦੇ ਕੇ ਕਸਮ ਚਾਹ ਸਾ ਗਈ ਮਰੀਅਮ ਬਹੁ ਸੋਹਣੀ ਲੱਗਦੀ ਪਈ ਇਹਦਾ ਅੱਜ ਸਪੈਸ਼ਲ ਮੇਕਅਪ ਲੰਦਨ ਤੋਂ ਕਰਵਾਇਆ ਲੰਦਨ ਖੇਰੀ ਮੇਰੀ ਵਹਿਣ ਲੱਗ ਕਿਰਾਇਆ ਲੱਗਦਾ ਇਹਦਾ ਮੇਕਅਪ ਉੱਥੋਂ ਕਰਵਾਇਆ ਚੰਗੀ ਪਾਰਲਰ ਜਿਹੜੀ ਆਉਂਦੀ ਨਹੀਂ ਉੱਥੋਂ ਲੰਦਨ ਦੀ ਮਸ਼ਹੂਰ ਪਾਰਲਰ ਵਾਲੀ ਉਸ ਕੋਲ ਕਰਵਾਇਆ ਅਤੇ ਮੈਂ ਆਖਿਆ ਇਮਰਾਨ ਖਾਨ ਨੂੰ ਆਪਣੀ ਪਾਰਟੀ ਦਾ ਬਣਾਉਣ ਵਾਸਤੇ ਨਾ ਇਹਨੂੰ ਮਰੀਅਮ ਦੇ ਰਿਸ਼ਤੇ ਦੇ ਸਕਦੇ ਨੇ ਕੈਪਟਨ ਸਫਦਰ ਨੂੰ ਵਹਿੰਦਾ ਕੀਤਾ ਜਿਹੜਾ ਕੈਪਟਨ ਨੂੰ ਕੁਝ ਨਹੀਂ ਕਰ ਸਕਿਆ ਸਹੀ ਅਤੇ ਬਾਕੀ ਗੱਲ ਇਮਰਾਨ ਖਾਨ ਨੂੰ ਦੇ ਛੱਡੀ ਮਰੀਅਮ ਦੇ ਰਿਸ਼ਤਾ ਇਹ ਮਰੀਅਮ ਹੌਲੀ ਹੌਲੀ ਨਹੀਂ ਦੇ ਸੀ ਇਨਸ਼ਾਲ ਇਮਰਾਨ ਖਾਨ ਆਪਣੀ ਪਾਰਟੀ ਦੋ ਵੈਸੀ ਬਹੁਤ ਮੌਜਾਂ ਹੀ ਮੌਜਾਂ ਨਾ ਇਹ ਸਾਨੂੰ ਕੋਈ ਕਰਨ ਦਿੰਦਾ ਪਿਆ ਨਾ ਆਪ ਕੋਈ ਕਰਦਾ ਪਿਆ ਆਪ ਜੇ ਨਹੀਂ ਜਲੀਲ ਹੁੰਦਾ ਪਿਆ ਸਾਨੇ ਮਤਲਬ ਕੁਛ ਅੱਜ ਦਾ ਕੰਮ ਹੀ ਨਾ ਕਰਨ ਦਿੰਦਾ ਪਿਆ ਇਨਸ਼ਾਲਾ ਹੁਣ ਹਕੂਮਤ ਬਣ ਸੀ ਚਾਹ ਸ਼ੇਖ ਸਾਹਿਬ ਜਲਦੀ ਪਕਾਓ ਮਹਿਮਾਨ ਸਿਰ ਪੜੇਂਦੇ ਪੈਣ ਮੈਂ ਮਜ਼ਾਕ ਨਹੀਂ ਅੱਬਨ ਆਖਿਆ ਵੀ ਆ ਸ਼ੇਖ ਨੇ ਬਣਾਉਣਾ ਕਿਉਂਕਿ ਨਾ ਹੀ ਦੁਨੀਆਂ 'ਤੇ ਬੜੇ ਪੈਣ ਮੈਂ ਆਖਿਆ ਸ਼ੇਖ ਕੋਲੋਂ ਇੰਨਾ ਮਤਲਬ ਦੇਗਾਂ ਪਕਵਾਉਣੀਆਂ ਨੂੰ ਅਤੇ ਸ਼ੇਖ ਸਾਹਿਬ ਜਲਦੀ ਕੰਮ ਕਰੋ ਕਿਉਂਕਿ ਇਮਰਾਨ ਖਾਨ ਸਾਡੀ ਪਾਰਟੀ ਦਾ ਹੋਊਗਾ ਤਾਂ ਮੈਂ ਆਖਿਆ ਸ਼ੇਖ ਵੀ ਆਪਣੀ ਪਾਰਟੀ ਦੇ ਕਰਨਾ ਸ਼ੇਖ ਫਿਰ ਮੇਰੀ ਕੰਮੇ ਵਾਲਾ ਬੰਦਾ ਕਸਮ ਹੈ ਹੁਣ ਸ਼ੇਖ ਤੇਰਾ ਮੈਂ ਜਾਇਕਾ ਥੋੜ੍ਹਾ ਜਿਹਾ ਚਾਖ ਲਿਆ ਬਹੁਤ ਟੇਸਟ ਦੇ ਰਿਹਾ ਪਰ ਪਕਾ ਜਲਦੀ ਕੁਰਾਨ ਜਲਦੀ ਪਕਾ।